subscribe our channel for latest updates. ਪੰਜਾਬ ਵਿੱਚ ਵਿਦੇਸ਼ ਜਾਣ ਦੀ ਚਾਹਤ ਇਸ ਕਦਰ ਵੱਧ ਗਈ ਕਿ ਲੋਕ ਲੱਖਾਂ ਰੁਪਏ ਲਗਾ ਕੇ ਗਲਤ ਤਰੀਕੇ ਦੇ ਨਾਲ ਵਿਦੇਸ਼ ਜਾਣ ਵਿੱਚ ਲੱਗੇ ਹੋਏ ਨੇ। ਚਾਹੇ ਉਸਦੇ ਲਈ ਵਿਦੇਸ਼ ਗਲਤ ਤਰੀਕੇ ਦੇ ਨਾਲ ਜਾਂਦੇ ਸਮੇਂ ਉਹਨਾਂ ਨੂੰ ਆਪਣੀ ਜਾਨ ਤੱਕ ਕਿਉਂ ਨਾ ਗਵਾਉਣੀ ਪਏ। ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਦੇ ਟਾਂਡਾ ਅਧੀਨ ਆਉਂਦੇ ਪਿੰਡ ਜਲਾਲਪੁਰ ਦਾ, ਜਿੱਥੇ ਗੁਰਪ੍ਰੀਤ ਸਿੰਘ 19 ਸਾਲਾਂ ਨੌਜਵਾਨ ਨੂੰ ਅਮਰੀਕਾ ਜਾਣ ਦੀ ਚਾਹਤ ਵਿੱਚ ਅਮਰੀਕਾ ਦੇ ਪਨਾਮਾ ਬਾਰਡਰ ਪਾਰ ਕਰਦੇ ਸਮੇਂ ਗਲਤ ਤਰੀਕੇ ਦੇ ਨਾਲ ਆਪਣੀ ਜਾਨ ਗਵਾਉਣੀ ਪਈ। ਮ੍ਰਿਤਕ ਗੁਰਪ੍ਰੀਤ ਦੇ ਪਰਿਵਾਰ ਦੇ ਮੁਤਾਬਿਕ ਉਹਨਾਂ ਨੂੰ ਪਿੰਡ ਦੇ ਏਜੰਟ ਸਰਬਜੀਤ ਸਿੰਘ ਕਾਹਲੀ ਨਾਲ 30 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦੀ ਗੱਲ ਹੋਈ ਸੀ, ਜਿਸ ਵਿੱਚ ਏਜੰਟ ਨੇ ਸਿੱਧਾ ਅਮਰੀਕਾ ਦੀ ਫਲਾਈਟ ਕਰਵਾਉਣ ਦੀ ਗੱਲ ਕਹੀ ਸੀ। ਉਹਨਾਂ ਦੀ ਗੁਰਪ੍ਰੀਤ ਦੇ ਨਾਲ 24 ਤਰੀਕ ਨੂੰ ਆਖਰੀ ਵਾਰ ਗੱਲ ਹੋਈ ਸੀ। ਇਸਦੇ ਬਾਅਦ ਉਹਨਾਂ ਦੀ ਅੱਜ ਤੱਕ ਉਸ ਨਾਲ ਕੋਈ ਗੱਲ ਨਹੀਂ ਹੋਈ। ਗੁਰਪ੍ਰੀਤ ਦੀ ਮੌਤ ਦਾ ਪਤਾ ਵੀ ਉਹਨਾਂ ਨੂੰ ਪਿੰਡ ਦੇ ਲੋਕਾਂ ਤੋਂ ਪਤਾ ਚੱਲਿਆ ਕਿ ਗੁਰਪ੍ਰੀਤ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਪਨਾਮਾ ਬਾਰਡਰ ਪਾਰ ਕਰਦੇ ਸਮੇਂ ਕਿਸ਼ਤੀ ਦੇ ਡੁੱਬਣ ਕਾਰਨ ਮੌਤ ਹੋਈ ਹੈ, ਕਿਉਂਕਿ ਕਿਸ਼ਤੀ ਵਿੱਚ ਜਾਣਕਾਰੀ ਦੇ ਮੁਤਾਬਿਕ ਸ਼ਮਤਾ ਤੋਂ ਜ਼ਿਆਦਾ ਲੋਕ ਸਵਾਰ ਸਨ, ਜਿਸ ਦੇ ਬਾਅਦ ਇਹ ਹਾਦਸਾ ਹੋਇਆ। ਉੱਥੇ ਪਰਿਵਾਰ ਨੇ ਦੋਸ਼ੀ ਏਜੰਟ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਦੋਸ਼ੀ ਏਜੰਟ ਹਾਦਸੇ ਤੋਂ ਬਾਅਦ ਆਪਣੇ ਘਰ ਨੂੰ ਤਾਲਾ ਲਗਾ ਕੇ ਫਰਾਰ ਹੈ। ਸਾਡਾ ਬੱਚਾ ਤਾਂ ਗਿਆ, ਹੁਣ ਗਰੀਬ ਉਹ ਤਾਂ ਅਸੀਂ ਤਾਂ ਮਰ ਗਏ ਥਾਂ, ਗਰੀਬ ਬੰਦੇ, ਨਾਲੇ ਪੈਸਾ ਦਿੱਤਾ, ਨਾਲੇ ਬੱਚਾ ਸ਼ੇਰ ਜੰਮ ਕੇ ਉੱਥੇ ਦਰਿਆ 'ਚ ਰੋੜ ਦਿੱਤਾ। ਇਹਨੇ ਸਿੱਧੀ ਫਲੈਟ ਕੀਤੀ ਸੀ ਸਾਡੇ ਨਾਲ, ਅਸੀਂ ਸਿੱਧੀ ਕਰਾਂਗੇ, ਇਹਨੇ ਜਾ ਕੇ ਉੱਥੇ ਡੁਬਕੀ ਰਾਹ ਪਾ ਦਿੱਤਾ। ਬੱਚੇ ਸਾਡੇ ਨੂੰ ਪਤਾ ਨਹੀਂ ਕੀ ਕੀਤਾ ਅਤੇ ਕੀ ਨਹੀਂ, ਨਾ ਕੋਈ ਕੱਪੜਾ, ਨਾ ਲੀੜਾ, ਨਾ ਸਾਡੇ ਨਾਲ ਫੋਨ ਗੱਲ ਹੋਈ। 24 ਤਰੀਕ ਮੇਰੇ ਨਾਲ ਵੀ ਗੱਲ ਹੋਈ ਹੈ, ਬੀਬੀ ਮੈਂ 24 ਤਰੀਕ ਹੁਣ ਇੱਥੇ ਪਹੁੰਚਿਆ ਵਾਂ ਅਤੇ ਹੁਣ ਮੈਂ ਤੁਹਾਨੂੰ ਫੇਰ ਕਰਾਂਗਾ 10 ਤਰੀਕ ਫੋਨ। ਅੱਜ 10 ਪਈ ਆਉਂਦੀ ਸਾਨੂੰ, ਕਿਸੇ ਨੇ ਦੱਸਿਆ ਹੀ ਨਹੀਂ ਕੀ ਆਸਾ ਵਰਤਿਆ ਕੀ ਨਹੀਂ ਵਰਤਿਆ। ਹੁਣ ਫਿਰ ਅਸੀਂ ਬਾਹਰ ਨਿਕਲੇ, ਫੋਨ ਕੀਤਾ 2-3 ਵਾਰੀ ਲੋਕਾਂ ਨੇ ਦੱਸਿਆ, ਮੂੰਹ ਜੋੜ ਜੋੜ ਗੱਲਾਂ ਲੋਕ ਕਰਨ, ਗੱਲ ਕੀ ਹੈ। ਫਿਰ ਉਹ ਕਹਿੰਦੇ ਨੇ ਇਵੇਂ ਗੱਲ ਸੁਣੀ ਹੈ ਅਤੇ ਕਹਿੰਦੇ ਗੁੱਸਾ ਨਾ ਕਰਿਓ, ਤੁਹਾਡਾ ਫਰੀਦ ਕਿਹੜੀ ਜਗ੍ਹਾ ਭੇਜਿਆ? ਮੈਂ ਕਿਹਾ ਅਮੈਰੀਕਾ। ਕਹਿੰਦਾ ਕਿਵੇਂ? ਮੈਂ ਕਿਹਾ ਸਿੱਧੀ ਫਲੈਟ ਕੀਤੀ। ਕਹਿੰਦੇ ਉਹ ਤਾਂ ਇਵੇਂ, ਕਹਿੰਦੇ ਵੀ ਪੂਰਾ ਹੋ ਗਿਆ ਘਰ, ਗੱਲਾਂ ਲੋਕ ਕਰਨ, ਸੁਣ ਸੁਣਾ ਕੇ ਅਤੇ ਅਸੀਂ ਘਰ ਆਈਆਂ। ਫਿਰ ਇਹ ਫੋਨ ਲਾਇਆ 2-3 ਵਾਰੀ, ਉਹਨੇ ਚੁੱਕਿਆ, ਮੈਂ ਕੱਲ੍ਹ ਗੱਲ ਕਰਾ ਦਾਂਗਾ, ਕਦੀ ਕਹਿੰਦਾ ਰਾਤ ਨੂੰ ਕਰਾ ਦਾਂਗਾ, ਕਦੀ ਕਹਿੰਦਾ ਸ਼ੁੱਕਰਵਾਰ ਕਰਾ ਦਾਂਗਾ, ਕੋਈ ਗੱਲ ਨਹੀਂ ਹੋਈ। ਆਣ ਕੇ ਰੋਣ ਪਿੱਟਣ ਲੱਗ ਪਏ। ਆਖਰੀ ਵਾਰੀ ਗੱਲ ਹੋਈ 24 ਤਰੀਕ ਹੋਈ ਰਾਤ ਨੂੰ ਮੇਰੇ ਨਾਲ, ਉਦੋਂ ਠੀਕ ਠਾਕ ਕਿਹਾ? ਹਾਂ ਉਦੋਂ ਮੈਂ ਠੀਕ ਹਾਂ। ਕਹਿੰਦਾ ਹੁਣ ਮੰਮੀ ਮੈਂ ਟੁਰਨ ਲੱਗਾ ਵਾਂ ਅਤੇ ਮੈਂ 10 ਦਿਨ ਬਾਅਦ ਫਿਰ ਫੋਨ ਕਰਾਂਗਾ। ਉਹਨੇ ਆਪਣੀ ਕੋਲ ਪਿਛਲੀ ਜਿਹੜੀ ਜਿੱਥੇ ਤੱਕ ਪਹੁੰਚ ਕੇ ਉਹਨੇ ਕੋਈ ਗੱਲ ਨਾ, ਕੋਈ ਸੁਣਾਈ ਨਹੀਂ, ਕਿਹੜੇ ਪਾਸਿਓਂ ਦੀ, ਕੋਈ ਸੁਣਾਈ ਨਹੀਂ, ਕੋਈ ਗੱਲ ਨਹੀਂ ਸੁਣਾਈ। ਪਤਾ ਨਹੀਂ ਕਹਿੰਦਾ ਕਿੱਧਰ ਸਾਨੂੰ ਸੱਟਣੇ ਨੇ ਅਤੇ ਕਿੱਧਰ ਕਰਨੇ ਨੇ, ਬਸ ਹੋਰ ਕੋਈ ਗੱਲ ਨਹੀਂ ਕੀਤੀ। ਕਰੂੰ ਤੇ ਇਹ ਅਕਾਲੀ ਏਜੰਟ ਦਾ ਘਰ ਏ, ਤੇ ਜਿੱਦਣ ਦਾ ਮਤਲਬ ਕਿ ਇਹਨੂੰ ਪਤਾ ਲੱਗ ਗਿਆ ਸੀ ਬੇਟਾ ਪੂਰਾ ਹੋਇਆ, ਪਰ ਇਹਨੇ ਨਹੀਂ ਸਾਨੂੰ ਦੱਸਿਆ। ਸਾਨੂੰ ਇੱਦਾਂ ਹੀ ਜੋੜ ਜੋੜ ਕੇ ਮੂੰਹ ਲੋਕ ਗੱਲਾਂ ਕਰਦੇ ਹੋਏ ਸੀ, ਅਤੇ ਜਦੋਂ ਆਪਾਂ ਇਹਨਾਂ ਦੇ ਘਰ ਆਉਂਦੇ ਰਹੇ ਤਾਲਾ ਬੰਦ ਮਿਲਦਾ ਰਿਹਾ, ਹੁਣ ਵੀ ਤਾਲਾ ਬੰਦ ਆ ਸਾਹਮਣੇ, ਅਤੇ ਸਾਨੂੰ ਕਿਸੇ ਕੋਲ ਪਤਾ ਲੱਗਾ ਕਿ ਬੇਟਾ ਪੂਰਾ ਹੋ ਗਿਆ। ਇਹੀ ਕਿ ਕੋਈ ਵੀ ਨਾ ਬੇਟਾ ਘੱਲੇ ਬਾਹਰ ਆ, ਸਾਡਾ ਤਾਂ ਆਪਾਂ ਤਾਂ ਉੱਜੜੇ ਉੱਜੜੇ ਹਾਂ, ਹੋਰ ਕੋਈ ਨਾ ਉੱਜੜੇ ਘਰ। ਇਹਦੇ ਖਿਲਾਫ਼ ਕੀ ਕਰ ਰਹੀ ਮੰਗ? ਇਹਦੇ ਖਿਲਾਫ਼ ਕੀ, ਸਾਡੇ ਸਾਹਮਣੇ ਆਵੇ, ਸਾਡੇ ਸਾਹਮਣੇ ਆ ਕੇ ਦੱਸੇ ਕਿੱਦਾਂ ਪੂਰਾ ਹੋਇਆ ਕਿੱਦਾਂ ਨਹੀਂ। ਜੀ ਗਿਆ ਏਜੰਟ ਰਾਹੀਂ ਹੈ, ਏਜੰਟ ਨੇ ਇਹਨਾਂ ਵਿਚਾਰਿਆਂ ਨਾਲ ਕੀਤਾ ਸੀ ਕਿ ਮੈਂ ਡਾਇਰੈਕਟ ਫਲੈਟ ਕਰਾਵਾਂਗਾ ਅਤੇ ਅਮੈਰੀਕਾ ਬਣਾਵਾਂਗਾ। 30 ਲੱਖ ਦੀ ਉਹਨੇ ਗੱਲ ਕੀਤੀ ਸੀ ਅਤੇ 10 ਕੁ ਲੱਖ ਐਡਵਾਂਸ ਲੈ ਰਿਹਾ ਅਤੇ ਬਾਕੀ ਰਹਿੰਦਾ ਅਜੇ ਤੱਕ ਮਾਰੋ। ਬਾਕੀ ਇਹ ਮੁੰਡਾ ਇਹਨੂੰ ਜੰਗਲਾਂ ਜੁੰਗਲਾਂ ਪਤਾ ਨਹੀਂ ਕਿਹੜੇ ਪਾਸੋਂ ਲੈ ਗਿਆ ਅਤੇ ਅੱਗੇ ਜਾ ਕੇ ਤਕਰੀਬਨ 24 ਤਰੀਕ ਉਹਦਾ ਟੈਲੀਫੋਨ ਆਇਆ ਸੀ, ਉਹ ਤੋਂ ਬਾਅਦ ਟੈਲੀਫੋਨ ਨਹੀਂ ਆਇਆ ਅਤੇ ਲੋਕਾਂ ਨੂੰ ਪਤਾ ਲੱਗਾ ਕਿ ਇੱਦਾਂ ਦਾ ਤੁਹਾਡੇ ਮੁੰਡੇ ਡੈਥ ਹੋ ਗਈ। ਇਹਨਾਂ ਨੂੰ ਨਹੀਂ ਕਿਹਾ ਦੱਸਿਆਗਾ, ਇਹਨਾਂ ਏਜੰਟਾਂ ਵਾਰ-ਵਾਰ ਕੰਟੈਕਟ ਕੀਤਾ, ਏਜੰਟ ਕਹਿੰਦਾ ਨਹੀਂ ਤੁਹਾਡੀ ਕੱਲ੍ਹ ਗੱਲ ਕਰਾਵਾਂਗਾ, ਪਰਸੋਂ ਕਰਾਵਾਂਗਾ, ਅੱਜ ਤੱਕ ਮਤਲਬ ਉਹਨੇ ਗੱਲ ਨਹੀਂ ਕਰਾਈ। ਨੰਬਰ 2 ਕਿ ਇਸੇ ਏਜੰਟ ਨੇ ਅੱਜ ਤੋਂ 4 ਸਾਲ ਪਹਿਲਾਂ ਇੱਕ ਮਨਸੂਰਪੁਰ ਮਕੇਰੀਆਂ ਦਾ, ਉਹ ਵੀ ਮੁੰਡਾ ਮਾਰਤਾ, ਮਤਲਬ ਉਹ ਵੀ ਉਹਦੇ ਮਾਂ ਪਿਓ ਭੜਕਦੇ ਫਿਰਦੇ ਅੱਜ ਤੱਕ। ਉਹਨਾਂ ਉਹ ਵੀ ਕੱਲ੍ਹ ਸਾਡੇ ਪਿੰਡ ਪੰਚਾਇਤ ਇਕੱਠੀ ਸੀ ਉਹਦੇ ਬਾਰੇ ਵੀ, ਇਹਦਾ ਏਜੰਟੀ ਦਾ ਕੰਮ ਹੈ। ਇਹਨੇ ਕਈ ਇਹੋ ਜਿਹੇ ਵਾਰਦਾਤਾਂ ਕੀਤੀਆਂ, ਇੱਕ ਨਹੀਂ ਬਹੁਤ ਜ਼ਿਆਦਾ ਕੀਤੀਆਂ ਮਤਲਬ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।